ਆਪਾਂ ਕੀ ਕਵਾਂਗੇ? ਮਨਾ ਚੱਲ ਤਲਾਈਆਂ ਚੱਲੀਏ, ਮਨਾ ਚੱਲ ਚੱਲ।
ਜਿੱਥੇ ਸੋਹਣੀ ਸੋਹਣੀ ਗੁਫਾ ਪਈ ਸਜਦੀ, ਜਿੱਥੇ ਸੋਹਣੀ ਸੋਹਣੀ ਗੁਫਾ ਪਈ ਸਜਦੀ, ਜਿੱਥੇ ਲਾਲ ਲਾਲ ਝੰਡੇ ਪਏ ਝੂਲਦੇ, ਲਾਲ ਲਾਲ ਝੰਡੇ ਪਏ ਝੂਲਦੇ, ਜਿੱਥੇ ਲਾਲ ਲਾਲ ਝੰਡੇ ਪਏ ਝੂਲਦੇ, ਲਾਲ ਲਾਲ ਝੰਡੇ ਪਏ ਝੂਲਦੇ, ਤੂੰ ਵੀ ਜਾ ਕੇ ਝੰਡਾ ਚੜਾ, ਤੂੰ ਵੀ ਜਾ ਕੇ ਝੰਡਾ ਚੜਾ, ਤੂੰ ਵੀ ਜਾ ਕੇ ਝੰਡਾ ਚੜਾ, ਮਨਾ ਚੱਲ ਤਲਾਈਆਂ ਚੱਲੀਏ, ਮਨਾ ਚੱਲ ਤਲਾਈਆਂ ਚੱਲੀਏ, ਮਨਾ ਚੱਲ ਤਲਾਈਆਂ ਚੱਲੀਏ, ਮਨਾ ਚੱਲ ਤਲਾਈਆਂ ਚੱਲੀਏ, ਜਿੱਥੇ ਜੈਕਾਰਾ ਗੁਫਾ ਦੇ ਵਾਸੀ ਦਾ ਬੋਲ ਸਾਜੇ ਦਰਬਾਰ ਕੀ ਜੈ। ਸੋ ਬਾਬਾ ਜੀ ਚੌਂਕੀ ਇੱਥੇ ਅਰਦਾਸ ਦਿੰਦੇ ਹਾਂ ਜੀ ਥੋੜ੍ਹੀ ਦੇਰ ਵਾਸਤੇ, ਫਿਰ ਥੋੜ੍ਹੇ ਸਮੇਂ ਬਾਅਦ ਬਾਬਾ ਜੀ ਚੌਂਕੀ ਇੱਥੇ ਇਸੇ ਤਰ੍ਹਾਂ ਲੱਗੀ ਰਹੇਗੀ। ਸਾਰੀਆਂ ਸੰਗਤਾਂ ਨੇ ਜਿਹੜੀਆਂ ਵੀ ਸੰਗਤਾਂ ਉਦੋਂ ਲੰਗਰ ਛਕ ਰਹੀਆਂ ਨੇ ਜੀ, ਹੋਰ ਵੀ ਜਿਹੜੀਆਂ ਸੰਗਤਾਂ ਆ ਰਹੀਆਂ ਨੇ ਦੇਸ਼ਾਂ ਵਿਦੇਸ਼ਾਂ 'ਚ ਬੈਠੀਆਂ ਸੰਗਤਾਂ, ਉਹਨਾਂ ਨੂੰ ਮੇਰੀ ਬੇਨਤੀ ਹੈ ਜੀ ਜਿੰਨਾ ਵੀ ਤੁਸੀਂ ਇਹ ਇੱਕ ਮਹੀਨੇ ਦਾ ਬਾਬਾ ਜੀ ਦਾ ਭੰਡਾਰਾ, ਬਾਬਾ ਜੀ ਦੀਆਂ ਚੌਂਕੀਆਂ ਉਸ ਜਗ੍ਹਾ ਦੇ ਉੱਤੇ, ਦੂਸਰੇ ਸਥਾਨ ਦੇ ਉੱਤੇ ਬਾਬਾ ਜੀ ਦਾ ਮੇਲਾ ਕਾਰਨੀਵਲ, ਝੂਲਿਆਂ ਦਾ ਲੰਗਰ ਪਹਿਲੀ ਵਾਰ ਸ਼ਾਹ ਤਲਾਈ ਦੇ ਵਿੱਚ ਝੂਲਿਆਂ ਦਾ ਲੰਗਰ ਜੋ ਕਿ ਸੰਗਤ ਵਾਸਤੇ ਏਕ ਨਿਵਾਸ ਦਰਬਾਰ ਵੱਲੋਂ ਲਗਾਇਆ ਗਿਆ ਹੈ ਜੀ। ਸੋ ਇਹ ਸਾਰੀ ਵਿਵਸਥਾ, ਇਹ ਸਾਰੇ ਪ੍ਰਬੰਧ ਆਉਣ ਵਾਲੇ ਯਾਤਰੀਆਂ ਵਾਸਤੇ, ਆਉਣ ਵਾਲੀਆਂ ਸੰਗਤਾਂ ਵਾਸਤੇ ਕੀਤੇ ਗਏ ਨੇ। ਸੋ ਏਕ ਨਿਵਾਸ ਦਰਬਾਰ ਯੂਕੇ ਦੇ ਵਿੱਚ ਬੈਠੀਆਂ ਸੰਗਤਾਂ, ਕਿਉਂਕਿ ਕੱਲ ਯੂਕੇ ਵੁਲਵਰਹੈਂਪਟਨ ਜੋ ਏਕ ਨਿਵਾਸ ਦਰਬਾਰ ਹੈ ਜੀ, ਏਕ ਨਿਵਾਸ ਡਿਵਾਈਨ ਟੈਂਪਲ, ਉੱਥੇ ਵੀ ਬਾਬਾ ਜੀ ਦਾ ਮੇਲਾ ਮਨਾਇਆ ਜਾ ਰਿਹਾ ਹੈ। ਬਾਬਾ ਜੀ ਦਾ ਚੇਤਰ ਮਾਸ ਮਹੀਨੇ ਦੀਆਂ ਰੌਣਕਾਂ ਉੱਥੇ ਵੀ ਲੱਗਣਗੀਆਂ। ਸੋ
ਕੱਲ ਯੂਕੇ ਮੰਦਿਰ ਦੇ ਵਿੱਚ ਵੀ ਏਕ ਨਿਵਾਸ ਦਰਬਾਰ ਦੇ ਵਿੱਚ ਵੀ ਇਸੇ ਤਰ੍ਹਾਂ ਦੀ ਰੌਣਕ ਦੇਖਣ ਨੂੰ ਮਿਲੇਗੀ, ਉਹ ਵੀ ਕੋਸ਼ਿਸ਼ ਕਰਾਂਗੇ ਇੱਥੇ ਲਾਈਵ ਟੈਲੀਕਾਸਟ ਸ਼ਾਹਤਲਾਈ ਦੇ ਵਿੱਚ ਦਿਖਾਇਆ ਜਾਵੇ। ਸੋ ਲਾਈਵ ਟੈਲੀਕਾਸਟ ਦੇਖਣ ਦੇ ਲਈ ਪੰਜਾਬ ਲਾਈਵ ਟੀਵੀ ਦੇ ਉੱਤੇ ਤੁਸੀਂ ਇਹ ਸਾਰਾ ਮੇਲਾ ਲਾਈਵ ਦੇਖ ਸਕਦੇ ਹੋ ਜੀ। ਇਹ ਸਾਰਾ ਮੇਲਾ ਪੂਰਾ ਇੱਕ ਮਹੀਨਾ ਰੋਜ਼ ਸਵੇਰ ਸ਼ਾਮ ਬਾਬਾ ਜੀ ਦੀ ਆਰਤੀ, ਸ਼ਾਮ ਦੀ ਆਰਤੀ, ਉਹ ਵੀ ਇੱਥੇ ਲਾਈਵ ਟੈਲੀਕਾਸਟ ਦਿਖਾਈ ਜਾਏਗੀ। ਸੋ ਸਬਸਕ੍ਰਾਈਬ ਕਰੋ, ਲਾਈਕ ਕਰੋ ਪੰਜਾਬ ਲਾਈਵ ਟੀਵੀ। ਸੋ ਇਸ ਦੇ ਨਾਲ ਇਜਾਜ਼ਤ ਲੈਂਦੇ ਹਾਂ ਜੀ। ਜੈਕਾਰਾ ਪਾਉਣਾ ਹਰੀ ਬਾਬਾ ਜੀ ਦਾ, ਬੋਲ ਸਾਚੇ ਦਰਬਾਰ ਕੀ ਜੈ।